ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਹਾਂ ਸੰਦੀਪ ਕੌਰ ਅਤੇ ਤੁਸੀਂ ਦੇਖ ਰਹੇ ਹੋ ਮੇਰਾ ਗਿੱਲ ਪੰਜਾਬੀ ਫੂਡ ਫੈਕਟਰੀ ਚੈਨਲ। ਅੱਜ ਆਪਾਂ ਬਣਾਵਾਂਗੇ ਜੀ ਕੁਲਫੀ, ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਸਕਦੇ ਹਾਂ। ਅਤੇ ਇਹਦੇ ਲਈ ਆਪਾਂ ਲੈ ਲਈਏ 2 ਲੀਟਰ ਜਿਹੜਾ ਮੇਰੇ ਕੋਲ ਦੁੱਧ ਹੈ, ਇਹ ਮੈਂ ਲੈਤਾ ਵਨੀਲਾ ਐਸੈਂਸ, ਇਹ ਮੇਰੇ ਕੋਲ ਥੋੜ੍ਹੇ ਜਿਹੇ ਬਰੀਕ ਕੱਟੇ ਹੋਏ ਪਿਸਤਾ ਨੇ, ਤੁਸੀਂ ਕੋਈ ਵੀ ਡਰਾਈ ਫਰੂਟ ਯੂਜ ਕਰ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਘਰੇ ਬਰੀਕ ਕੱਟ ਕੇ। ਅਤੇ ਆਪਾਂ ਚੀਨੀ ਲਿੱਤੀ ਹੈ ਦੁੱਧ ਦੇ ਹਿਸਾਬ ਨਾਲ। ਅਤੇ ਹੁਣ ਆਪਣੀ ਕੜਾਹੀ ਹੈ ਜਿਹੜੀ ਫਰੈਂਡਸ, ਇਸ ਤਰ੍ਹਾਂ ਚੁੱਲ੍ਹੇ 'ਤੇ ਗਰਮ ਹੋ ਰਹੀ ਹੈ। ਅਤੇ ਆਪਾਂ ਹੁਣ ਇਹਦੇ ਵਿੱਚ ਜਿਹੜਾ 2 ਲੀਟਰ ਦੁੱਧ ਹੈ ਮੈਂ ਪੌਣ ਲਿਆ ਚੰਗੀ ਤਰ੍ਹਾਂ ਵਧੀਆ, ਅਤੇ ਇਹਨੂੰ ਆਪਾਂ ਇਹ 'ਚ ਐਡ ਕਰਾਂਗੇ ਕੜਾਹੀ 'ਚ। ਵਧੀਆ, ਅਤੇ ਦੁੱਧ ਨੂੰ ਹੈ ਜਿਹੜਾ ਫਰੈਂਡਸ ਆਪਾਂ ਅੱਗ 'ਤੇ ਚੰਗੀ ਤਰ੍ਹਾਂ ਵਧੀਆ ਕਾੜਾਂਗੇ। ਇਹਨੂੰ ਆਪਾਂ ਲੱਕੜਾਂ ਦੀ ਜਿਹੜੀ ਅੱਗ ਮਚਾ ਲਈ ਥੱਲੇ, ਜਿਸ ਤਰ੍ਹਾਂ ਆਪਾਂ ਖੋਆ ਬਣਾਉਂਦੇ ਹਾਂ ਨਾ, ਖੋਆ ਬਣਾਉਣ ਲਈ ਦੁੱਧ ਕਾੜਦੇ, ਉਸ ਤਰ੍ਹਾਂ ਟਾਈਮ ਤਾਂ ਥੋੜ੍ਹਾ ਜਿਹਾ ਲੱਗੂਗਾ, ਬਟ ਆਪਾਂ ਇਹਨੂੰ ਦੁੱਧ ਨੂੰ ਹੈ ਜਿਹੜਾ ਇਸ ਤਰ੍ਹਾਂ ਹਿਲਾਉਂਦੇ ਹੋਏ ਵਧੀਆ ਸਾਈਡਾਂ 'ਤੇ ਨਹੀਂ ਲੱਗਣ ਦੇਣਾ, ਥੱਲੇ ਨਹੀਂ ਲੱਗਣ ਦੇਣਾ ਦੁੱਧ ਨੂੰ, ਅਤੇ ਵਧੀਆ ਕਾੜਾਂਗੇ। ਇਹਨੂੰ ਪਹਿਲਾਂ ਨਾ ਜਿਹੜਾ ਫਰੈਂਡਸ ਆਪਾਂ ਉਬਾਲ ਆਉਣ ਦੇਵਾਂਗੇ। ਇੱਕ ਉਬਾਲ ਆ ਗਿਆ, ਇਹਦੇ ਉੱਪਰ ਮਲਾਈ ਆ ਜੂਗੀ ਆਪਣੇ ਆਪ, ਜਦੋਂ ਉਬਾਲ ਆ ਗਿਆ ਮਲਾਈ ਆ ਜੂਗੀ, ਉਹ ਮਲਾਈ ਹੈ ਜਿਹੜੀ ਆਪਾਂ ਵਿੱਚ ਹੌਲੀ ਹੌਲੀ ਵਿੱਚ ਵਿੱਚ ਹੀ ਆਪਾਂ ਇਹਦੇ ਹਿਲਾਉਂਦੇ ਰਹਿਣਾ, ਉਹਦੇ ਨਾਲ ਜਿਹੜੀ ਉਹ ਲੱਛੇ ਬਣਨਗੇ ਨਾ ਮਲਾਈ ਦੇ, ਉਹ ਬਹੁਤ ਹੀ ਵਧੀਆ ਟੇਸਟ ਦਿੰਦੇ ਆ ਜਦੋਂ ਕੁਲਫੀ ਆਪਾਂ ਬਣਾਉਂਦੇ ਹਾਂ ਕੁਲਫੀ 'ਚ। ਦੇਖੋ ਫਰੈਂਡਸ, ਹੁਣ ਇਸ ਦੇ ਉੱਪਰ ਹੈ ਨਾ ਜਿਹੜੀ ਦੁੱਧ ਦੇ ਉੱਪਰ ਇਹ ਮਲਾਈ ਹੈ, ਇਸ ਤਰ੍ਹਾਂ ਪਰਤ ਬਣ ਚੁੱਕੀ ਹੈ, ਮਲਾਈ ਆ ਚੁੱਕੀ ਹੈ। ਅਤੇ ਆਪਾਂ ਇਸ ਤਰ੍ਹਾਂ ਚੁੱਲ੍ਹੇ ਦੀ ਅੱਗ 'ਤੇ ਹੈ ਜਿਹੜਾ, ਇਹਨੂੰ ਇਸ ਤਰ੍ਹਾਂ ਕਾੜਨ ਦੇਵਾਂਗੇ, ਅਤੇ ਮਲਾਈ ਹੈ ਜਿਹੜੀ ਆਈ ਚੱਲੂਗੀ ਆਪਾਂ ਵਿੱਚ ਮਲਾਈ ਚੱਲਾਂਗੇ। ਇਹਨੂੰ ਮਲਾਈ ਨੂੰ ਆਪਾਂ ਮਤਲਬ ਉੱਪਰੋਂ ਲਾ ਲਾ ਕੇ ਇਸ ਤਰ੍ਹਾਂ ਇੱਕ, ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਰਕੇ, ਇੱਕ ਮਿੰਟ। ਇਸ ਤਰ੍ਹਾਂ ਫਰੈਂਡਸ ਦੇਖੋ, ਇਸ ਤਰ੍ਹਾਂ ਜਿਹੜੀ ਮਲਾਈ ਹੈ ਨਾ ਦੇਖੋ ਸਾਰੀ, ਆਪਾਂ ਇਸ ਤਰ੍ਹਾਂ ਦੇ ਵਿੱਚ ਹੌਲੀ ਹੌਲੀ ਮਲਾਈ ਚੱਲਾਂਗੇ ਸਾਰੀ, ਇਸ ਤਰ੍ਹਾਂ ਮਿਲਾ ਦੇਵਾਂਗੇ ਇਸ ਤਰ੍ਹਾਂ, ਅਤੇ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਬਸ ਆਪਾਂ। ਅਤੇ ਵਧੀਆ ਦੁੱਧ ਨੂੰ ਚੰਗੀ ਤਰ੍ਹਾਂ ਜਿਹੜਾ ਕਾੜਨਾ ਆਪਾਂ, ਜਦੋਂ ਇਹਨੂੰ ਉਬਾਲਾ ਆ ਗਿਆ ਉਦੋਂ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਲਗਾਤਾਰ। ਦੇਖੋ ਫਰੈਂਡਸ, ਹੁਣ ਦੁੱਧ ਨੂੰ ਉਬਾਲ ਆ ਰਿਹਾ, ਇਸ ਤਰ੍ਹਾਂ ਉਬਲ ਰਿਹਾ ਹੈ ਵਧੀਆ। ਅਤੇ ਹੁਣ ਫਰੈਂਡਸ ਦੁੱਧ ਨੂੰ ਇਸ ਤਰ੍ਹਾਂ ਉਬਾਲ ਆ ਰਿਹਾ, ਦੇਖੋ ਦੁੱਧ ਜਿਹੜਾ ਨੀਚੇ ਲੱਗਣਾ ਸਟਾਰਟ ਹੋ ਗਿਆ। ਹੁਣ ਆਪਾਂ ਕੋਈ ਦੇਰ ਨਹੀਂ ਕਰਨੀ, ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ, ਨੀਚੇ ਇਹਨੂੰ ਇਸ ਤਰ੍ਹਾਂ ਕਾੜਨਾ ਪੂਰਾ ਹਿਲਾਉਂਦੇ ਹੋਏ ਲਗਾਤਾਰ, ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਵਧੀਆ। ਦੇਖੋ ਜੀ ਇਸ ਤਰ੍ਹਾਂ ਫਰੈਂਡਸ, ਦੇਖੋ ਆਪਣਾ ਉਬਾਲ ਆ ਰਿਹਾ, ਅਤੇ ਜਿਹੜੀ ਆਪਣੀ ਉੱਪਰ ਮਲਾਈ ਉਹ ਵੀ ਇਸ ਤਰ੍ਹਾਂ ਪਰਤ ਬਣ ਗਈ, ਆਪਾਂ ਇਹਨੂੰ ਵਿੱਚ ਹੀ ਮਿਲਾ ਦਿਆਂਗੇ, ਅਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ। ਤੁਹਾਨੂੰ ਦੱਸਿਆ ਸੀ ਵੀ ਜਿਵੇਂ ਆਪਾਂ ਖੋਆ ਬਣਾਉਣਾ ਫਰੈਂਡਸ, ਉਸ ਤਰ੍ਹਾਂ ਬਣਾਉਣਾ ਆਪਾਂ ਇਹਨੂੰ। ਅਤੇ ਮੈਨੂੰ ਤਕਰੀਬਨ 1.5 ਘੰਟਾ ਹੋ ਗਿਆ ਇਸੇ ਤਰ੍ਹਾਂ ਇਹਨੂੰ ਬਣਾਈ ਜਾਂਦੀ ਇਹਨੂੰ ਚੁੱਲ੍ਹੇ 'ਤੇ, ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਖੋਆ ਬਣਾਉਂਦੇ ਹੋਏ ਵੀ ਆਪਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਫਰੈਂਡਸ। ਅਤੇ ਇਸ ਤਰ੍ਹਾਂ ਬਸ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਇਹਨੂੰ ਦੁੱਧ ਨੂੰ ਜਿਹੜਾ ਹੋਰ ਘੱਟ ਇਹਦੀ ਮਾਤਰਾ ਜਿਹੜੀ ਘੱਟ ਰਹਿ ਗਈ, ਫਿਰ ਉਦੋਂ ਆਪਾਂ ਇਹਦੀ ਚੀਰਨੀ, ਅਤੇ ਜਿਹੜਾ ਆਪਾਂ ਥੋੜ੍ਹੇ ਜਿਹੇ ਡਰਾਈ ਫਰੂਟਸ ਲੈਤੇ ਨੇ ਪਿਸਤਾ, ਉਹ ਐਡ ਕਰ ਦਿਆਂਗੇ। ਇਸ ਤਰ੍ਹਾਂ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ। ਦੇਖੋ ਫਰੈਂਡਸ, ਆ ਸਾਈਡਾਂ 'ਤੇ ਲੱਗ ਜਾਂਦਾ ਇਹ, ਜਦੋਂ ਆਪਾਂ ਨਹੀਂ ਉਹ ਕਰਦੇ, ਜਿਹੜਾ ਮੇਨ ਖੋਆ ਹੁੰਦਾ ਨਾ ਵਿੱਚੇ 'ਤੇ ਬਣਦਾ, ਉਹ ਸਾਈਡਾਂ 'ਤੇ ਲੱਗ ਜਾਂਦਾ। ਤਾਂ ਇਸ ਤਰ੍ਹਾਂ ਇਹਨੂੰ ਬਣਾਉਂਦੇ ਰਹਿਣਾ ਆਪਾਂ ਚੰਗੀ ਤਰ੍ਹਾਂ, ਵਧੀਆ ਹਿਲਾਉਂਦੇ ਰਹਿਣਾ। ਕਾਫੀ ਦੁੱਧ ਹੈ ਦੇਖੋ, ਆ ਮਲਾਈ ਹੈ ਜਿਹੜੀ, ਇਹ ਬਹੁਤ ਵਧੀਆ ਟੇਸਟ ਦਿੰਦੀ ਹੈ ਕੁਲਫੀ ਨੂੰ, ਜਿਹਨੂੰ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਬਣਾਉਂਦੇ ਹਾਂ। ਅਤੇ ਹੁਣ ਫਰੈਂਡਸ ਦੇਖੋ, ਆਪਣੀ ਹੈ ਜਿਹੜੀ ਇਸ ਤਰ੍ਹਾਂ ਦੁੱਧ ਕੱਢ ਕੇ, ਬਿਲਕੁਲ ਅੱਧੀ ਮਾਤਰਾ ਤੋਂ ਵੀ ਘੱਟ ਰਹਿ ਗਿਆ, ਇੱਕ ਚੌਥਾਈ ਹਿੱਸਾ ਰਹਿ ਗਿਆ ਇਹਦਾ, ਬਿਲਕੁਲ ਕੱਢ ਚੁੱਕਿਆ ਇਹ। ਇਸ ਤਰ੍ਹਾਂ ਬਹੁਤ ਹੀ ਵਧੀਆ ਜਿਹੜੇ ਮਲਾਈ ਦੇ ਲੱਛੇ ਨੇ ਇਹਦੇ ਵਿੱਚ ਬਣ ਗਏ ਨੇ, ਬਹੁਤ ਹੀ ਵਧੀਆ ਟੇਸਟ ਦੇਣਗੇ ਆਪਣੀ ਕੁਲਫੀ ਨੂੰ। ਅਤੇ ਹੁਣ ਵਕਤ ਹੋ ਗਿਆ ਇਹਦੇ ਵਿੱਚ ਆਪਾਂ ਚੀਨੀ ਐਡ ਕਰਨ ਦਾ ਫਰੈਂਡਸ, ਹੁਣ ਆਪਾਂ ਇਹਦੇ ਵਿੱਚ ਜਿਹੜੀ ਚੀਨੀ ਐਡ ਕਰਾਂਗੇ, ਤੁਸੀਂ ਟੇਸਟ ਅਕੋਰਡਿੰਗ ਐਡ ਕਰ ਸਕਦੇ ਹੋ। ਅੱਜ ਕੱਲ੍ਹ ਕੀ ਹੈ ਕਿ ਕੁਛ ਲੋਕ ਹੈ ਜਿਹੜੀ ਘੱਟ ਖਾਂਦੇ ਨੇ ਚੀਨੀ, ਅਤੇ ਕੁਛ ਵੱਧ ਖਾਂਦੇ ਨੇ, ਤੁਸੀਂ ਆਪਣੇ ਟੇਸਟ ਅਕੋਰਡਿੰਗ ਐਡ ਕਰ ਸਕਦੇ ਹੋ, ਜਿੰਨੀ ਤੁਹਾਨੂੰ ਪਸੰਦ ਹੈ ਮਿੱਠਾ ਖਾਣਾ ਵੱਧ ਘੱਟ ਰੱਖ ਸਕਦੇ ਹੋ। ਅਤੇ ਇਸ ਤਰ੍ਹਾਂ ਚੀਨੀ ਐਡ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦਿਆਂਗੇ, ਮਿਕਸ ਕਰ ਦਿਆਂਗੇ ਇਹਦੇ ਵਿੱਚ, ਦੇਖੋ ਫਰੈਂਡਸ। ਅਤੇ ਇਹਦੇ ਵਿੱਚ ਡਰਾਈ ਫਰੂਟਸ ਵੀ ਤੁਸੀਂ ਆਪਣੀ ਇੱਛਾ ਅਨੁਸਾਰ ਪਾ ਸਕਦੇ ਹੋ, ਜਿਹੜੇ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ, ਜਿਹੜੇ ਜਾਂ ਤੁਹਾਨੂੰ ਚੰਗੇ ਲੱਗਦੇ ਨੇ। ਮੈਂ ਇੱਥੇ ਪਿਸਤੇ ਲੈਤੇ ਨੇ, ਪਿਸਤਿਆਂ ਨੂੰ ਬਰੀਕ ਕੱਟ ਲਿਆ ਅਤੇ ਇਹਦੇ ਵਿੱਚ ਐਡ ਕਰ ਦਿੱਤੇ ਨੇ ਇਸ ਤਰ੍ਹਾਂ ਵਧੀਆ। ਅਤੇ ਹੁਣ ਇਸ ਤਰ੍ਹਾਂ ਥੋੜ੍ਹੀ ਦੇਰ ਆਪਾਂ ਅੱਗ 'ਤੇ ਇਹਨਾਂ ਨੂੰ ਇਸ ਤਰ੍ਹਾਂ ਮਿਲਾਵਾਂਗੇ, ਦੇਖੋ। ਅਤੇ ਇਹ ਬਿਲਕੁਲ ਪਰਫੈਕਟ ਬਣ ਚੁੱਕੀ ਹੈ, ਬਹੁਤ ਹੀ ਵਧੀਆ ਬਣੀ ਹੈ। ਅਤੇ ਇਹਨੂੰ ਤੁਸੀਂ ਇਸ ਤਰ੍ਹਾਂ ਇਸ ਸਟੇਜ 'ਤੇ ਠੰਡੀ ਹੋ ਗਈ ਵੀ ਇਹ ਕਾਫੀ ਗਾੜੀ ਹੋ ਜਾਂਦੀ ਹੈਗੀ, ਅਤੇ ਇਹਨੂੰ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹੋ, ਬਟ ਆਪਾਂ ਕੁਲਫੀ ਬਣਾਵਾਂਗੇ ਇਹਦੀ। ਅਤੇ ਹੁਣ ਇਹਨੂੰ ਆਪਾਂ ਠੰਡਾ ਕਰ ਲਿਆ ਫਰੈਂਡਸ, ਦੇਖੋ ਠੰਡਾ ਹੋਣ ਤੋਂ ਬਾਅਦ ਕਿੰਨੀ ਗਾੜੀ ਹੋ ਗਈ ਹੈ, ਰਬੜੀ ਕਿੰਨੀ ਵਧੀਆ ਬਣ ਚੁੱਕੀ ਹੈ।
ਹੁਣ ਇਹਦੇ ਵਿੱਚ ਇੱਥੇ ਦੇਖੋ ਫਰੈਂਡਸ, ਆਪਾਂ ਨਾ ਇਹ ਇਸ ਤਰ੍ਹਾਂ ਦੇ ਮੈਂ ਕੱਪ ਲੈ ਲਏ ਨੇ ਕੁਲਫੀ ਜਮਾਉਣ ਵਾਸਤੇ, ਇਹ ਬੱਚਿਆਂ ਵਾਲੇ ਛੋਟੇ ਕੱਪ ਸੀ ਘਰੇ, ਅਤੇ ਇਹ ਮੇਰੇ ਕੋਲ ਸਟੇਕਸ ਨੇ ਕੁਲਫੀ ਵਾਲੀਆਂ, ਇਹਦੇ ਵਿੱਚ ਆਪਾਂ ਕੁਲਫੀ ਜਮਾਵਾਂਗੇ, ਅਤੇ ਇਹਦੇ ਵਿੱਚ ਹੁਣ ਆਪਾਂ ਵਨੀਲਾ ਸੈਂਸ ਦਾ ਇੱਕ ਢੱਕਣ ਪਾਵਾਂਗੇ ਫਰੈਂਡਸ, ਇਹਨੂੰ ਫਲੇਵਰ ਦੇਣ ਲਈ ਵਧੀਆ ਫਲੇਵਰ ਆਊਗਾ ਵਨੀਲਾ ਦਾ। ਤੁਹਾਡੇ ਕੋਲ ਵਨੀਲਾ ਸੈਂਸ ਹੈ ਨਹੀਂ ਤਾਂ ਤੁਸੀਂ ਇਲਾਇਚੀ ਪਾਊਡਰ ਵਗੈਰਾ ਵੀ ਯੂਜ਼ ਕਰ ਸਕਦੇ ਹੋ, ਅਤੇ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਵਧੀਆ। ਬਿਲਕੁਲ ਧਿਆਨ ਰੱਖੋ ਜਦੋਂ ਇਹ ਰੂਮ ਟੈਂਪਰੇਚਰ 'ਤੇ ਆ ਜਾਏ ਫਰੈਂਡਸ, ਠੰਡੀ ਹੋ ਜਾਏ, ਉਦੋਂ ਹੀ ਤੁਸੀਂ ਇਹਨੂੰ ਫਰਿੱਜ ਵਿੱਚ ਜਿਹੜਾ ਕੁਲਫੀ ਨੂੰ ਜਮਾਉਣ ਵਾਸਤੇ ਰੱਖਣਾ, ਗਰਮਾ ਗਰਮ ਨਹੀਂ ਰੱਖਣਾ। ਅਤੇ ਹੁਣ ਆਪਾਂ ਇਹਨੂੰ ਇੱਕ ਚਮਚ ਦੀ ਮਦਦ ਨਾਲ ਜਿਹੜਾ ਇਸ ਤਰ੍ਹਾਂ ਦੇ ਆ ਆਪਾਂ ਲੈਤੀਆਂ ਨੇ ਗਲਾਸੀਆਂ ਲੈਤੀਆਂ ਨੇ ਛੋਟੀਆਂ ਛੋਟੀਆਂ ਬੱਚਿਆਂ ਵਾਲੀਆਂ, ਇਹਦੇ ਵਿੱਚ ਇਸ ਤਰ੍ਹਾਂ ਭਰ ਦਿਆਂਗੇ, ਫਿਲ ਕਰ ਦਿਆਂਗੇ ਵਧੀਆ। ਇਸ ਤਰ੍ਹਾਂ ਸਾਰੀਆਂ ਆਪਾਂ ਜਿਹੜੀਆਂ ਫਿਲ ਕਰ ਦਿਆਂਗੇ। ਤੁਹਾਡੇ ਕੋਲ ਜੇ ਕੱਚ ਦੇ ਗਲਾਸ ਹੈਗੇ ਉਹਦੇ 'ਚ ਵੀ ਤੁਸੀਂ ਭਰ ਸਕਦੇ ਹੋ, ਸਟੀਲ ਦੀਆਂ ਗਲਾਸੀਆਂ 'ਚ ਮਾਰੇ ਆਪਾਂ ਇਸ ਤਰ੍ਹਾਂ ਵਧੀਆ ਪਰਫੈਕਟ ਇਹਨੂੰ। ਅਤੇ ਫੁੱਲ ਭਰ ਕੇ, ਬਿਲਕੁਲ ਫੁੱਲ ਭਰ ਕੇ ਆ ਜਿਹੜਾ ਇਹਨਾਂ ਨੂੰ ਰੱਖਾਂਗੇ ਇਸ ਤਰ੍ਹਾਂ। ਅਤੇ ਇਹਦੇ ਵਿੱਚ ਹੁਣ ਆਪਾਂ ਜਿਹੜੀ ਸਟਿੱਕ ਲੈਤੀ ਆਈਸਕ੍ਰੀਮ ਸਟਿੱਕ, ਜੇ ਤੁਹਾਡੇ ਕੋਲ ਉਹ ਹੈਗੀ ਆ ਤਾਂ ਜਿਹੜੀ ਵੀ ਅਵੇਲੇਬਲ ਹੈਗੀ ਤੁਸੀਂ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ। ਅਤੇ ਆਪਾਂ ਇਹਦੇ ਵਿੱਚ ਲਾ ਦਿਆਂਗੇ, ਅਤੇ ਦੂਜੀ ਵੀ ਜਿਹੜੀ ਆਪਣੇ ਕੋਲ ਗਲਾਸੀ ਉਹ ਵੀ ਭਰ ਲਾਂਗੇ ਆਪਾਂ। ਅਤੇ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਗਲਾਸੀਆਂ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਅਲਮੀਨੀਅਮ ਫੋਇਲ ਤਾਂ ਹਰ ਘਰ ਦੇ ਵਿੱਚ ਹੀ ਅਵੇਲੇਬਲ ਹੁੰਦਾ ਜੀ, ਤਾਂ ਇਹਦੀ ਆਪਾਂ ਇੱਕ ਕੋਨ ਬਣਾ ਲਾਂਗੇ ਇਸ ਤਰ੍ਹਾਂ ਅਲਮੀਨੀਅਮ ਪੇਪਰ ਦੀ, ਅਤੇ ਕੋਨ ਬਣਾ ਕੇ ਅਤੇ ਉਹਦੇ ਵਿੱਚ ਭਰ ਦਿਆਂਗੇ, ਅਤੇ ਇਹਦੇ ਵਿੱਚ ਵੀ ਆਈਸਕ੍ਰੀਮ ਹੈ ਜਿਹੜੀ ਵਧੀਆ ਜੰਮ ਜਾਂਦੀ ਹੈ, ਵਧੀਆ ਬਣ ਜਾਂਦੀ ਹੈ ਸ਼ੇਪ, ਕੁਲਫੀ ਵਧੀਆ ਬਣ ਜਾਂਦੀ ਹੈ, ਪਰਫੈਕਟ ਜੰਮਦੀ ਹੈ। ਅਤੇ ਇਹ ਕੁਲਫੀ ਬਹੁਤ ਹੀ ਜ਼ਿਆਦਾ ਸੋਫਟ ਬਣਦੀ ਹੈ ਫਰੈਂਡਸ, ਐਂ ਨਹੀਂ ਗਾ ਵੀ ਮਤਲਬ ਫਰਿੱਜ ਦੇ ਵਿੱਚ ਆਪਾਂ ਰੱਖਾਂਗੇ ਬਾਹਲੀ ਹਾਰਡ ਬਣ ਜੂਗੀ, ਇਸ ਤਰ੍ਹਾਂ ਨਹੀਂ, ਬਹੁਤ ਹੀ ਵਧੀਆ ਬਣਦੀ ਹੈ ਇਹ। ਅਤੇ ਵੈਸੇ ਤਾਂ ਬਹੁਤ ਈਜ਼ੀ ਹੈ, ਦੇਖੋ ਇਹਨੂੰ ਇੱਕ ਗਲਾਸ ਦੇ ਵਿੱਚ ਰੱਖ ਦਿਆਂਗੇ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਇਸ ਤਰ੍ਹਾਂ ਰੱਖ ਕੇ, ਅਤੇ ਇਹਨੂੰ ਫਰਿੱਜ 'ਚ ਰੱਖਾਂਗੇ। ਅਤੇ ਬਸ ਇਹਨੂੰ ਮਿਹਨਤ ਲੱਗਦੀ ਹੈ ਜੀ, ਰਬੜੀ ਬਣਾਉਣ 'ਤੇ ਲੱਗਦੀ ਹੈ ਮੇਨ ਮਿਹਨਤ ਤਾਂ ਇਹਦੀ ਬਸ, ਅਤੇ ਬਾਕੀ ਬਹੁਤ ਘੱਟ ਇਹਦੇ ਵਿੱਚ ਸਮਾਨ ਪੈਂਦਾ, ਜ਼ਰੂਰਤ ਹੁੰਦੀ ਹੈ ਆਪਾਂ ਨੂੰ, ਅਤੇ ਬਹੁਤ ਹੀ ਘੱਟ ਸਮੇਂ 'ਚ ਬਣ ਜਾਂਦੀ ਆ। ਜਿਹੜੀ ਦੂਜੀ ਗਲਾਸੀ ਲੈਤੀ ਆ ਉਹਦੇ ਵਿੱਚ ਵੀ ਆਪਾਂ ਜਿਹੜੀ ਰਬੜੀ ਆਪਣੇ ਕੋਲ ਉਹ ਫਿਲ ਕਰ ਲਾਂਗੇ, ਉਹ ਵੀ ਭਰ ਲਾਂਗੇ ਇਹਦੇ 'ਚ ਇਸ ਤਰ੍ਹਾਂ ਫਰੈਂਡਸ। ਅਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਆਪਾਂ ਜੰਮਣ ਵਾਸਤੇ ਫਰਿੱਜ 'ਚ ਰੱਖ ਦਿਆਂਗੇ, ਫਰੀਜ ਹੋਣ ਵਾਸਤੇ ਮੈਂ ਓਵਰ ਨਾਈਟ ਰੱਖੂੰਗੀ। ਤੁਸੀਂ 4-5 ਘੰਟੇ 'ਚ ਵੀ ਰੱਖੋਗੇ ਤਾਂ ਕੁਲਫੀ ਜੰਮ ਜੂਗੀ, ਅਤੇ ਆਫਟਰ ਓਵਰ ਨਾਈਟ ਹੈ ਜਿਹੜੀ ਆਈਸਕ੍ਰੀਮ ਤਿਆਰ ਹੋ ਜੂਗੀ। ਦੇਖੋ ਆਪਣੀ ਆਈਸਕ੍ਰੀਮ ਜੰਮ ਕੇ ਬਿਲਕੁਲ ਵਧੀਆ ਕੁਲਫੀ ਜੰਮ ਕੇ ਰੈਡੀ ਹੋ ਚੁੱਕੀ ਹੈ, ਇਸ ਤਰ੍ਹਾਂ ਮੈਂ ਜਮਾ ਲਈ ਸੀ ਇਹ। ਅਤੇ ਇਹ ਫਰੈਂਡਸ ਜਿਹੜੀ ਅੱਧੀ ਰਬੜੀ ਬਚ ਗਈ ਸੀਗੀ, ਮੈਂ ਇਸ ਤਰ੍ਹਾਂ ਇੱਕ ਕੰਟੇਨਰ 'ਚ ਜਮਾਤੀ ਸੀ। ਅਤੇ ਇਹ ਦੇਖੋ, ਇਹ ਮੈਂ 2 ਕੁਲਫੀਆਂ ਬਣਾ ਲਈਆਂ ਸੀ ਇਸ ਤਰ੍ਹਾਂ। ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਂਦੇ ਹਾਂ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਜਿਹੜਾ ਕੁਲਫੀ ਨੂੰ ਬਾਹਰ ਸਰਵ ਕਰ ਸਕਦੇ ਹੋ ਕੱਢ ਕੇ। ਅਤੇ ਹੁਣ ਫਰੈਂਡਸ ਇਸ ਤਰ੍ਹਾਂ ਆਪਾਂ ਕੁਲਫੀ ਨੂੰ ਇਹ ਜਿਹੜਾ ਬਾਹਰ ਕੱਢਾਂਗੇ, ਦੇਖੋ ਇਸ ਤਰ੍ਹਾਂ ਹੱਥਾਂ ਨਾਲ ਆਪਾਂ ਇਹਨੂੰ ਐਵੇਂ, ਤੁਸੀਂ ਕਿਸੇ ਵੀ ਗਲਾਸ 'ਚ ਜਮਾ ਸਕਦੇ ਹੋ ਕੁਲਫੀ, ਕੋਈ ਵੀ ਤੁਹਾਡੇ ਕੋਲ ਘਰ ਅਵੇਲੇਬਲ ਹੈਗਾ ਕੱਚ ਦਾ ਗਲਾਸ ਹੈਗਾ ਤਾਂ ਕੋਈ ਉਹਦੇ 'ਚ ਜਮਾ ਲਓ, ਜੇ ਇਸ ਤਰ੍ਹਾਂ ਦੇ ਤੁਹਾਡੇ ਕੋਲ ਕੁਲਫੀ ਵਾਲੇ ਹੈ ਨਹੀਂ ਤਾਂ ਤੁਸੀਂ ਉਹਦੇ 'ਚ ਜਮਾ ਸਕਦੇ ਹੋ। ਅਤੇ ਆਪਣੀ ਕੁਲਫੀ ਹੈ ਜਿਹੜੀ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਨਿਕਲ ਜੂਗੀ। ਦੇਖੋ ਫਰੈਂਡਸ ਕਿੰਨੀ ਵਧੀਆ ਜਿਹੜੀ ਕੁਲਫੀ ਜੰਮ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ। ਦੇਖੋ ਫਰੈਂਡਸ ਬਹੁਤ ਹੀ ਅੱਛੀ ਬਣੀ ਹੈ ਇਹ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ। ਮੈਂ ਇਹਦੇ ਵਿੱਚ ਕੋਈ ਵੀ ਕੋਰਨਫਲਾਰ ਕੋਈ ਵੀ ਕੁਛ ਵੀ ਯੂਜ਼ ਨਹੀਂ ਕੀਤਾ, ਸਿਰਫ 2 ਚੀਜ਼ਾਂ ਦਾ ਯੂਜ਼ ਕੀਤਾ। ਤੀਸਰੀ ਚੀਜ਼ ਦਾ ਵੀ ਯੂਜ਼ ਜੇ ਤੁਸੀਂ ਕਰਨਾ ਤਾਂ ਕਰ ਸਕਦੇ ਹੋ। ਦੇਖੋ ਫਰੈਂਡਸ ਮੈਂ ਦੁੱਧ ਅਤੇ ਚੀਨੀ ਦਾ ਯੂਜ਼ ਕਰਕੇ, ਅਤੇ ਥੋੜ੍ਹੀ ਜਿਹੀ ਉਹਦੇ ਵਿੱਚ ਡਰਾਈ ਫਰੂਟਸ ਹੈ, ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ, ਮੈਂ ਪਿਸਤਾ ਯੂਜ਼ ਕੀਤੇ ਨੇ। ਅਤੇ ਫਿਰ ਫਰੈਂਡਸ ਮੈਂ ਉਹਦੇ ਵਿੱਚ ਕੀ ਕੀਤਾ ਕਿ ਵਨੀਲਾ ਐਸੈਂਸ ਮੇਰੇ ਕੋਲ ਸੀਗਾ, ਅਤੇ ਮੈਂ ਵਨੀਲਾ ਐਸੈਂਸ ਦਿੱਤਾ ਥੋੜ੍ਹਾ ਜਿਹਾ ਇਹਨੂੰ ਫਲੇਵਰ ਅਤੇ ਇਹਨੂੰ ਟੇਸਟ ਦੇਣ ਲਈ। ਤੁਹਾਡੇ ਕੋਲ ਵਨੀਲਾ ਐਸੈਂਸ ਹੈ ਨਹੀਂ ਫਰੈਂਡਸ ਤਾਂ ਤੁਸੀਂ ਇਲਾਇਚੀ ਪਾਊਡਰ ਦਾ ਯੂਜ਼ ਕਰ ਸਕਦੇ ਹੋ। ਜੇ ਇਲਾਇਚੀ ਪਾਊਡਰ ਹੈ ਨਹੀਂ ਤੁਹਾਡੇ ਕੋਲ ਤਾਂ ਤੁਸੀਂ ਜਿਹੜੀਆਂ ਇਲਾਇਚੀਆਂ ਘਰ ਹੈਗੀਆਂ ਉਹਨਾਂ ਨੂੰ ਓਪਨ ਕਰਕੇ ਵੀ ਯੂਜ਼ ਕਰ ਸਕਦੇ ਹੋ। ਅਤੇ ਇਸ ਤਰ੍ਹਾਂ ਆਪਾਂ ਕੁਲਫੀਆਂ ਜਿਹੜੀਆਂ ਆਪਣੀਆਂ ਸਰਵ ਕਰਾਂਗੇ। ਅਤੇ ਕੋਈ ਵੀ ਗਲਾਸ 'ਚ ਜਮਾ ਲਓ, ਤੁਸੀਂ ਇਹਨੂੰ ਫਰਿੱਜ 'ਚ ਫਰੀਜ਼ ਕਰਨ ਵਾਸਤੇ ਰੱਖ ਸਕਦੇ ਹੋ। ਗਲਾਸ ਸਟੀਲ ਦੇ 'ਚ ਜਾਂ ਇਸ ਤਰ੍ਹਾਂ ਦੀਆਂ ਕੱਪੀਆਂ ਛੋਟੀਆਂ ਮੇਰੇ ਕੋਲ ਸੀਗੀਆਂ ਬੱਚੇ ਦੀਆਂ, ਇਹ ਪਹਿਲਾਂ ਛੋਟੇ ਹੁੰਦੇ ਦੀਆਂ, ਤਾਂ ਮੈਂ ਉਹਨਾਂ ਵਿੱਚ ਜਿਹੜੀ ਕੁਲਫੀ ਜਮਾਤੀ ਹੈ, ਦੇਖੋ ਕਿੰਨੀ ਵਧੀਆ ਬਣੀ ਹੈ ਇਹਨਾਂ 'ਚ ਇਹ। ਅਤੇ ਫਿਰ ਤੁਸੀਂ ਕੋਈ ਹੋਰ ਵੀ ਜਿਵੇਂ ਕਿ ਕਟੋਰੀ ਹੋ ਗਈ, ਉਹਦੇ ਵਿੱਚ ਵੀ ਤੁਸੀਂ ਕੋਈ ਵੀ ਸ਼ੇਪ ਦੇਣੀ ਹੈ ਕੁਲਫੀ ਨੂੰ ਦੇ ਸਕਦੇ ਹੋ, ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਕੁਲਫੀ ਜਮਾ ਸਕਦੇ ਹੋ। ਅਤੇ ਸਾਡੀ ਵੀਡੀਓ ਫਰੈਂਡਸ ਤੁਹਾਨੂੰ ਇਹ ਕੁਲਫੀ ਦੀ ਕਿਵੇਂ ਲੱਗੀ ਕਮੈਂਟ ਕਰਕੇ ਨੀਚੇ ਜ਼ਰੂਰ ਦੱਸ ਦਿਓ ਫਰੈਂਡਸ। ਅਤੇ ਤੁਸੀਂ ਆਪਣੇ ਘਰ ਜ਼ਰੂਰ ਇਹ ਰੈਸਪੀ ਬਣਾ ਕੇ ਦੇਖਣੀ ਹੈ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਅੱਗੇ ਫੈਮਿਲੀ ਅਤੇ ਫਰੈਂਡਸ ਨਾਲ, ਤਾਂ ਜੋ ਉਹ ਵੀ ਇਹ ਰੈਸਪੀ ਆਪਣੇ ਘਰ ਬਣਾ ਕੇ ਦੇਖ ਲੈਣ।
ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਘੰਟੀ ਦਾ ਆਈਕਨ ਜ਼ਰੂਰ ਦੱਬਿਓ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਵਾਸਤੇ। ਆਪਾਂ ਫਿਰ ਅਗਲੀ ਨਵੀਂ ਵੀਡੀਓ 'ਚ ਮਿਲਾਂਗੇ।